ਸਰਕਾਰੀ ਹਾਈ ਸਕੂਲ ਦੂਜੇ ਪਾਣਾ ਤੋਂ ਸੰਪੂਰਨ ਸੰਖਿਆਵਾਂ ਦਾ ਜੋੜ ਅਤੇ ਘਟਾਓ ਬਾਰੇ ਤੁਹਾਨੂੰ ਐਕਸਪਲੇਨ ਕਰਨ ਜਾ ਰਹੀ ਹਾਂ। ਚਿੱਟੀ ਵਾਈਟ ਗਿਟੀ ਧਨਾਤਮਕ ਸੰਪੂਰਨ ਸੰਖਿਆ ਨੂੰ ਸ਼ੋ ਕਰਦੀ ਹੈ। ਬਲੈਕ ਕਾਲੀ ਜਿਹੜੀ ਗਿਟੀ ਹੈ ਧਨਾਤਮਕ ਘਟਾਓ ਸੰਪੂਰਨ ਸੰਖਿਆ ਨੂੰ ਸ਼ੋ ਕਰ ਰਹੀ ਹੈ। ਪਹਿਲਾਂ ਅਸੀਂ ਜਮ੍ਹਾਂ ਦੋ ਅਤੇ ਘਟਾਓ ਤਿੰਨ ਕਰਨੇ ਨੇ। ਜਮ੍ਹਾਂ ਦੋ ਦੀਆਂ ਦੋ ਗੀਟੀਆਂ ਨੇ ਚਿੱਟੀਆਂ, ਘਟਾਓ ਤਿੰਨ ਦੀਆਂ ਤਿੰਨ ਗੀਟੀਆਂ ਨੇ ਕਾਲੀਆਂ। ਹੁਣ ਚਿੱਟੀ ਨਾਲ ਕਾਲੀ ਕੱਟੀ ਜਾਏਗੀ, ਇਹ ਵਾਲੀ ਚਿੱਟੀ ਨਾਲ ਕਾਲੀ ਕੱਟੀ ਜਾਏਗੀ, ਜਿਹੜੀ ਗੀਟੀ ਬਚੇਗੀ ਇੱਕ ਕਾਲੀ। ਕਾਲੀ ਜਿਹੜੀ ਗੀਟੀ ਹੈ ਧਨਾਤਮਕ ਸੰਖਿਆ, ਘਟਾਓ ਵਾਲੀ ਸੰਖਿਆ ਕੀ ਹੈ, ਇਹਦਾ ਜਵਾਬ ਸਾਡੇ ਕੋਲ ਕੀ ਆਏਗਾ, ਘਟਾਓ ਇੱਕ। ਜਦੋਂ ਧਨਾਤਮਕ ਦੋ ਅਤੇ ਰਿਣਾਤਮਕ ਤਿੰਨ ਹੋਵੇ ਤਾਂ ਦੋਵੇਂ ਪਾਸੇ ਦੇ ਜੋੜ ਘੱਟ ਜਾਣਗੇ ਅਤੇ ਬਚੇਗਾ ਰਿਣਾਤਮਕ ਇੱਕ, ਮਤਲਬ ਘਟਾਓ ਇੱਕ ਜਿਹੜਾ ਬਚ ਜਾਏਗਾ। ਦੂਸਰੀ ਸਥਿਤੀ ਵਿੱਚ ਦੋਵੇਂ ਘਟਾਓ ਦੇ ਨੇ, ਘਟਾਓ ਦੋ ਅਤੇ ਘਟਾਓ ਤਿੰਨ। ਘਟਾਓ ਦੋ ਜਿਹੜਾ ਦੋ ਕਾਲੀਆਂ ਗੀਟੀਆਂ ਅਤੇ ਤਿੰਨ ਦੀਆਂ ਵੀ ਕਾਲੀਆਂ ਨੇ, ਇਹਨਾਂ 'ਚ ਕੋਈ ਗੀਟੀ ਜਿਹੜੀ ਆ ਕੱਟੀ ਨਹੀਂ ਜਾਂਦੀ ਪਈ, ਇਸ ਕਰਕੇ ਇਹਨਾਂ ਕਿੰਨੀਆਂ ਗੀਟੀਆਂ ਬਣ ਜਾਂਦੀਆਂ, ਇੱਕ ਦੋ ਤਿੰਨ ਚਾਰ ਅਤੇ ਪੰਜ, ਜਿਹੜੀਆਂ ਬਣਦੀਆਂ ਘਟਾਓ ਦੀਆਂ। ਘਟਾਓ ਜਿਹੜੀ ਆ ਕਾਲੀ ਗੀਟੀ ਸੀ, ਇਸ ਕਰਕੇ ਘਟਾਓ ਪੰਜ ਦਾ ਜਵਾਬ ਆਏਗਾ। ਜਦੋਂ ਦੋਹਾਂ ਪਾਸੇ ਰਿਣਾਤਮਕ ਸੰਖਿਆ ਹੋਣ ਤਾਂ ਕੋਈ ਵੀ ਸੰਖਿਆ ਕੱਟੀ ਨਹੀਂ ਜਾਵੇਗੀ ਅਤੇ ਬਚੇਗੀ ਰਿਣਾਤਮਕ ਪੰਜ। ਤੀਸਰੀ ਸਥਿਤੀ ਜਿਹਦੇ 'ਚ ਹੀ ਦੋ ਘਟਾਓ ਦੇ ਅਤੇ ਤਿੰਨ ਜਮ੍ਹਾਂ ਦੇ, ਦੋ ਘਟਾਓ ਦੇ ਦੋ ਕਾਲੀਆਂ ਗੀਟੀਆਂ, ਤਿੰਨ ਜਮ੍ਹਾਂ ਦੇ ਤਿੰਨ ਚਿੱਟੀਆਂ ਗੀਟੀਆਂ। ਕਾਲੀ ਨਾਲ ਚਿੱਟੀ ਕੱਟੀ ਜਾਏਗੀ ਅਤੇ ਕਾਲੀ ਨਾਲ ਚਿੱਟੀ ਕੱਟੀ ਜਾਏਗੀ ਅਤੇ ਕੀ ਸਾਡੇ ਕੋਲ ਬਚੇਗਾ, ਜਮ੍ਹਾਂ ਵਾਲੀ ਇੱਕ, ਜਿਹਨੂੰ ਅਸੀਂ ਕਹਿ ਦਿਆਂਗੇ ਇੱਕ ਜਵਾਬ। ਜਦੋਂ ਰਿਣਾਤਮਕ ਦੋ ਅਤੇ ਧਨਾਤਮਕ ਤਿੰਨ ਹੋਵੇ ਤਾਂ ਦੋਵੇਂ ਪਾਸੇ ਦੇ ਜੋੜ ਕੱਟੇ ਜਾਣਗੇ ਅਤੇ ਬਚੇਗਾ ਧਨਾਤਮਕ ਇੱਕ। ਚੌਥੀ ਸਥਿਤੀ ਹੈ ਜਿਹਦੇ 'ਚ ਦੋ ਜਮ੍ਹਾਂ ਦੇ ਅਤੇ ਤਿੰਨ ਵੀ ਜਮ੍ਹਾਂ ਦੇ, ਇਹ ਦੋ ਚਿੱਟੇ ਅਤੇ ਤਿੰਨ ਚਿੱਟੇ ਕਿੰਨੇ ਬਣ ਜਾਣਗੇ, ਪੰਜ ਸਾਡੇ ਕੋਲ। ਜਦੋਂ ਦੋਵੇਂ ਪਾਸੇ ਧਨਾਤਮਕ ਸੰਖਿਆ ਹੋਣ ਤਾਂ ਕੋਈ ਵੀ ਸੰਖਿਆ ਕੱਟੀ ਨਹੀਂ ਜਾਏਗੀ, ਬਚੇਗਾ ਧਨਾਤਮਕ